ਕੈਨੇਡਾ ਵੱਲੋਂ ਇੱਕ ਬਹੁਤ ਵੱਡੀ ਜਾਣਕਾਰੀ ਨਿਕਲ ਕੇ ਆ ਰਹੀ ਹੈ, ਤੁਸੀਂ ਅੱਜ ਜੇਕਰ ਟਵਿੱਟਰ ਯੂਜ਼ ਕਰਦੇ ਹੋ, ਕਿਉਂਕਿ ਕਦੋਂ ਵੀ ਕੋਈ ਵੀ ਅਪਡੇਟ ਸਭ ਤੋਂ ਪਹਿਲ ਦੇ ਆਧਾਰ 'ਤੇ ਟਵਿੱਟਰ ਦੇ ਉੱਤੇ ਅਪਲੋਡ ਕੀਤੀ ਜਾਂਦੀ ਆ। ਰੀਸੈਂਟਲੀ ਮਾਰਕ ਮਿਲਰ ਨੇ ਵੀ ਅੱਜ ਸਿਰਫ 15 ਮਿੰਟ ਪਹਿਲਾਂ ਟਵੀਟ ਕੀਤਾ ਹੈ ਕਾਫੀ ਵੱਡੀ ਨਿਊਜ਼ ਦਾ। ਉਸ ਤੋਂ ਪਹਿਲਾਂ PM ਟਰੂਡੋ ਨੇ ਵੀ ਕਾਫੀ ਵੱਡੇ ਟਵੀਟ ਕੀਤੇ ਆ ਆਪਣੇ ਇੰਸਟਾਗ੍ਰਾਮ ਦੇ ਉੱਤੇ ਪਲੱਸ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ। ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਇਸ ਵੀਡੀਓ ਦੇ ਵਿੱਚ, ਜੇਕਰ ਤੁਹਾਡਾ ਬੱਚਾ ਕੈਨੇਡਾ ਜਾਣਾ ਚਾਹੁੰਦਾ ਹੈ ਜਾਂ ਫਿਰ ਆਲਰੇਡੀ ਕੈਨੇਡਾ ਜਾ ਚੁੱਕਿਆ ਹੈ, ਪਰ ਕੈਨੇਡਾ ਜੇਕਰ ਆਲਰੇਡੀ ਉਹ ਜਾ ਚੁੱਕਿਆ ਹੈ ਤਾਂ ਕੈਨੇਡਾ ਨੇ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਉਹ ਆਪਣਾ ਕਾਲਜ ਚੇਂਜ ਨਹੀਂ ਕਰ ਸਕਦਾ, ਪਰ ਹਜੇ ਇਸ ਦੇ ਰੂਲ ਲਾਗੂ ਨਹੀਂ ਹੋਏ। ਤੁਸੀਂ ਰਾਈਟ ਨਾਓ ਆਪਣਾ ਕੁਝ ਵੀ ਕਰ ਸਕਦੇ ਹੋ ਅੱਗਾ ਪਿੱਛਾ ਕਰਕੇ, ਪਰ ਹਜੇ ਰੂਲ ਲਾਗੂ ਨਹੀਂ ਹੋਏ ਇਸ ਚੀਜ਼ ਦੇ। ਸੈਂਕਡੀਜ਼ ਜਿਸ ਦਾ ਮੇਨ ਪਰਪਸ ਹੈ ਵੀਡੀਓ ਬਣਾਉਣ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਵਰਕ ਪਰਮਿਟ ਬੰਦ ਕਰ ਸਕਦਾ ਹੈ, ਮਤਲਬ ਇਹ ਉਮੀਦ ਪੂਰੀ ਆ, ਪਰ ਉਹਨਾਂ ਬੱਚਿਆਂ ਦੇ ਲਈ ਜਿਹੜੇ ਬੱਚੇ ਸਟੱਡੀ ਵੀਜ਼ਾ ਤਾਂ ਲੈ ਲੈਂਦੇ ਆ ਕੈਨੇਡਾ ਦੇ ਵਿੱਚ, ਪਰ ਜਿਹੜੀ ਸਟੇਟ ਦੇ ਵਿੱਚ ਉਹ ਜਾ ਰਹੇ ਆ, ਜਿਹੜੀ ਜਗ੍ਹਾ ਦੇ ਉੱਤੇ ਜਾ ਰਹੇ ਆ, ਉਸ ਸਟੇਟ ਨੂੰ ਜੇਕਰ ਉਹਨਾਂ ਦੀ ਪ੍ਰੋਵਿੰਸ ਦੀ ਜ਼ਰੂਰਤ ਨਹੀਂ ਹੈ ਤਾਂ ਉਹਨਾਂ ਨੂੰ ਵਰਕ ਪਰਮਿਟ ਦੇ ਲੈਣ ਦੇ ਵਿੱਚ ਕਾਫੀ ਵੱਡੀ ਮੁਸ਼ਕਲ ਆ ਸਕਦੀ ਹੈ, ਮਤਲਬ ਉਹਨਾਂ ਨੂੰ ਵਰਕ ਪਰਮਿਟ ਨਹੀਂ ਵੀ ਮਿਲ ਸਕਦਾ। ਫੋਰ ਐਗਜ਼ਾਮਪਲ ਦੈਟ ਜੇਕਰ ਕੈਨੇਡਾ ਦੇ ਵਿੱਚ ਹੈਲਥ ਕੇਅਰ ਦੀ ਜ਼ਰੂਰਤ ਨਹੀਂ ਹੈ, ਜੇਕਰ ਆਪਾਂ ਉਸ ਦੀ ਸਟੱਡੀ ਕਰ ਲੈਂਦੇ ਹਾਂ ਜਾਂ ਉਸ ਦੀ ਸਟੱਡੀ ਵਰਕ ਪਰਮਿਟ ਲੈ ਲੈਂਦੇ ਹਾਂ ਤਾਂ ਕੈਨੇਡਾ ਆਪਾਂ ਨੂੰ ਵਰਕ ਪਰਮਿਟ ਨਹੀਂ ਦੇਵੇਗਾ। ਪਰ ਰਾਈਟ ਨਾਓ ਸਭ ਤੋਂ ਵੱਧ ਡਿਮਾਂਡ ਰਾਈਟ ਨਾਓ ਹੈਲਥ ਕੇਅਰ ਦੀ ਆ। ਜੇਕਰ ਤੁਸੀਂ ਹੈਲਥ ਕੇਅਰ ਦੀ ਸਟੱਡੀ ਲੈ ਲੈਂਦੇ ਹੋ, ਤੁਹਾਡਾ ਵੀਜ਼ਾ ਕਦੇ ਵੀ ਰਿਜੈਕਟ ਨਹੀਂ ਹੋਵੇਗਾ, ਪਲੱਸ ਤੁਹਾਨੂੰ ਵਰਕ ਵੀ 100% ਮਿਲੂਗਾ, ਤੁਹਾਨੂੰ PR ਵੀ ਮਿਲੂਗੀ। ਇਸ ਲਈ ਜੇਕਰ ਤੁਸੀਂ ਕੈਨੇਡਾ ਜਾ ਰਹੇ ਹੋ, ਆਪਣੇ ਏਜੰਟ ਨੂੰ ਇਹ ਚੀਜ਼ ਚੰਗੀ ਤਰ੍ਹਾਂ ਵੈਰੀਫਾਈ ਕਰਵਾ ਦਿਓ, ਉਸ ਪ੍ਰੋਵਿੰਸ ਲਈ ਉਹ ਸਟੱਡੀ ਕਦੇ ਵੀ ਚੂਜ਼ ਨਾ ਕਰੋ ਜਿਹਦੀ ਕੈਨੇਡਾ ਦੇ ਵਿੱਚ ਮੰਗ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਵੀ ਨਹੀਂ ਹੈ। ਜੇਕਰ ਤੁਸੀਂ ਉਹੀ ਸਟੱਡੀ ਪਰਮਿਟ ਲੈਂਦੇ ਹੋ ਜਿਸ ਦੀ ਮੰਗ ਨਹੀਂ ਹੈ ਕੈਨੇਡਾ ਦੇ ਵਿੱਚ, ਤਾਂ ਭੁੱਲ ਜਾਵੋ, ਤੁਹਾਨੂੰ ਵਰਕ ਪਰਮਿਟ ਮਿਲੂਗਾ। ਜਿਵੇਂ ਹੁਣ 70,000 ਸਟੂਡੈਂਟ ਵਰਕ ਪਰਮਿਟ ਲਈ ਲੜ ਰਹੇ ਆ ਕੈਨੇਡਾ ਦੇ ਵਿੱਚ 2024-2025 ਵਾਲੇ, ਸੇਮ ਤੁਹਾਡਾ ਨੰਬਰ 2026 ਜਾਂ 2027 ਜਾਂ ਫਿਰ 2028 ਦੇ ਵਿੱਚ ਜ਼ਰੂਰ ਆਵੇਗਾ। ਇਸ ਲਈ ਪੈਸਾ ਵੀ 25-26-30 ਲੱਖ ਲਾ ਰਹੇ ਹੋ ਅਤੇ ਉਹ ਕੰਮ ਵੀ ਨਹੀਂ ਕਰ ਰਹੇ ਜਿਹੜਾ ਕੰਮ ਬਿਲਕੁਲ ਸਹੀ ਆ, ਤਾਂ ਮੁਸ਼ਕਲ ਹੋ ਸਕਦੀ ਆ। ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।